ਪੇਪਰੇ ਹਾਲਾਤਾਂ ਦੇ ਵਿੱਚ ਤਿੰਨ ਨਾਬਾਲਗ ਲੜਕੀਆਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ। ਕਿਹਾ ਜਾ ਰਿਹਾ ਕਿ ਤਿੰਨੋਂ ਲੜਕੀਆਂ ਘਰ ਤੋਂ ਤਿਆਰ ਹੋ ਕੇ ਆਪਣੇ ਸਕੂਲ ਦੇ ਲਈ ਰਵਾਨਾ ਹੋਈਆਂ ਸੀ, ਪਰ ਉਹ ਘਰ ਨਹੀਂ ਪਹੁੰਚੀਆਂ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਭਾਲ ਕੀਤੀ ਗਈ ਤਾਂ ਉਹ ਹਾਲੇ ਤੱਕ ਨਹੀਂ ਮਿਲੀਆਂ ਨੇ। ਤਾਂ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ, ਜਿੱਥੇ ਕਿ ਤਿੰਨ ਨਾਬਾਲਗ ਲੜਕੀਆਂ ਜੋ ਕਿ ਆਪਣੇ ਘਰ ਤੋਂ ਸਕੂਲ ਗਈਆਂ ਸੀ, ਹਾਲਾਂਕਿ ਸਕੂਲ ਦੇ ਬਾਹਰ ਵੀ ਉਹ ਜ਼ਰੂਰ ਦੇਖੀਆਂ ਗਈਆਂ, ਪਰ ਉਹ ਮੁੜ ਕੇ ਘਰ ਨਹੀਂ ਪਹੁੰਚੀਆਂ। ਤਾਂ ਪਰਿਵਾਰਕ ਮੈਂਬਰ ਜੋ ਨੇ ਉਹ ਕਾਫੀ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ। ਆਨੰਦ ਫਾਨੰਦ ਦੇ ਵਿੱਚ ਕਿਹਾ ਜਾ ਰਿਹਾ ਕਿ ਪੁਲਿਸ ਨੂੰ ਵੀ ਇਸ ਦੀ ਹੁਣ ਸੂਚਨਾ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਵੀ ਲਗਾਤਾਰ ਹੁਣ ਤਿੰਨਾਂ ਲੜਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਸਕੂਲ ਦੇ ਆਲੇ ਦੁਆਲੇ ਲੱਗੀ CCTV ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਕਿ ਆਖਿਰ ਤਿੰਨੋਂ ਲੜਕੀਆਂ ਲਾਪਤਾ ਕਿੱਥੇ ਹੋਈਆਂ ਨੇ। ਤਾਂ ਦੱਸ ਦਈਏ ਕਿ ਫਰੀਦਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਸਰਕਾਰੀ ਸਕੂਲ ਦੇ ਵਿੱਚ ਪੜ੍ਹਨ ਵਾਲੀਆਂ ਤਿੰਨ ਨਾਬਾਲਗ ਲੜਕੀਆਂ ਪੇਪਰੇ ਹਾਲਾਤਾਂ ਦੇ ਵਿੱਚ ਲਾਪਤਾ ਹੋਈਆਂ ਨੇ। ਉੱਥੇ ਹੀ ਪਰਿਵਾਰਕ ਮੈਂਬਰ ਜੋ ਨੇ ਕਾਫੀ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ, ਪਰ ਕਿਹਾ ਜਾ ਰਿਹਾ ਕਿ ਅੱਜ ਤੀਸਰਾ ਦਿਨ ਹੈ ਜਦੋਂ ਉਹਨਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਚੱਲ ਸਕਿਆ। ਇਹ ਕਿੰਨੇ ਕੁੜੀਆਂ ਕੱਲ 12/2/2024 ਤੋਂ ਹੀ ਤਕਰੀਬਨ ਸਵੇਰੇ 8 ਵਜੇ ਤੋਂ ਮਿਸਿੰਗ ਹੈ ਜੀ। ਅਤੇ ਅਸੀਂ ਕੱਲ੍ਹ ਜਦੋਂ ਫੈਮਿਲੀ ਵਾਲੇ ਪਰਿਵਾਰ ਵਾਲੇ ਸਾਨੂੰ ਸੂਚਨਾ ਕੀਤਾ, ਅਸੀਂ ਵੀ ਸਾਰੇ ਸੰਗਠਨ ਵੱਲੋਂ ਆਏ, ਆ ਕੇ ਥਾਣੇ ਵੀ ਗਏ। ਥਾਣੇ ਜਾ ਕੇ ਅਸੀਂ ਜਿਹੜੀ SSO ਸਾਹਿਬ ਨਾਲ ਮਿਲੇ, ਐਪਲੀਕੇਸ਼ਨ ਦਿੱਤੀ, ਐਪਲੀਕੇਸ਼ਨ ਮਾਰਕ ਕਰਾਇਆ, ਅਤੇ ਪੁਲਿਸ ਵੱਲੋਂ ਵੀ ਕਾਰਵਾਈ ਚੱਲ ਰਹੀ ਹੈ ਜੀ। ਪਰ ਸਾਨੂੰ ਹਾਲੇ ਕੋਈ ਇੰਨਾ ਤਸਲੀ ਬਖਸ਼ ਹਾਲੇ ਤੱਕ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਜੀ। ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਕੁੜੀਆਂ ਨੂੰ ਜਲਦੀ ਤੋਂ ਜਲਦੀ ਲੱਭ ਕੇ, ਸਾਰੇ ਹੀ ਪੰਜਾਬ ਇੰਡੀਆ 'ਚ ਜਿੰਨੇ ਵੀ ਭੈਣ ਭਰਾ ਵੱਸਦੇ ਆ, ਸਾਰੇ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਸੰਗਠਨ ਵੱਲੋਂ, ਅਸੀਂ ਸਾਰੇ ਨੇਪਾਲੀ ਭਾਈਚਾਰੇ ਵੱਲੋਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਸਾਡੀ ਕੁੜੀਆਂ ਨੂੰ ਲੱਭ ਕੇ ਸਾਨੂੰ ਜਲਦੀ ਜਿੱਥੇ ਵੀ ਮਿਲਦੇ ਆ ਸਾਨੂੰ ਸੂਚਿਤ ਕੀਤਾ ਜਾਵੇ ਸਾਰੇ ਸੰਗਠਨ। ਸਾਨੂੰ ਸਾਰੇ ਭੈਣ ਭਰਾ ਦੇ ਪੁਲਿਸ ਨੂੰ ਅਸੀਂ ਅਪੀਲ ਕਰਦੇ ਹਾਂ, ਜਿਹੜੇ ਦੋ ਕੁੜੀਆਂ ਜੀ ਆਪਣੇ ਗਰਲ ਸਕੂਲ ਫਰੀਦਕੋਟ ਜਿਹੜੇ ਵਸਦੇ ਕੋਲ ਹੀ ਆ, ਉੱਥੇ ਪੜ੍ਹਦੀ 7th ਕਲਾਸ ਦੇ ਸਟੂਡੈਂਟ ਹੈਗੀ ਜੀ। ਜਿਹੜੀ ਪ੍ਰਗਤੀਗਿਰੀ ਆ ਪੁਲਿਸ ਲੈਂਦੀ ਸੀ, ਗਵਰਨਮੈਂਟ ਸਕੂਲ ਵਿੱਚ ਪੜ੍ਹਦੀ ਹੈ ਜੀ, ਉਹ 5 ਜਾਂ 6 ਕਲਾਸ ਦੇ ਸਟੂਡੈਂਟ ਆ ਜੀ। ਅਤੇ ਸਾਨੂੰ, ਅਸੀਂ ਪੁਲਿਸ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਜਿੰਨੇ ਵੀ ਸਰਮਾਏਦਾਰ ਜਿੰਨੇ ਵੀ ਵੱਡੇ ਵੱਡੇ ਲੋਕ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਸਾਨੂੰ ਇਨਸਾਫ ਦਵਾਇਆ ਜਾਵੇ ਜੀ। ਅਤੇ ਇਹਨਾਂ ਕੁੜੀ ਮਾਂ ਪਿਓ ਨੂੰ ਜਾਂ ਇਹਨਾਂ ਦੇ ਸਾਰੇ ਜਿੰਨੇ ਵੀ ਰਿਸ਼ਤੇਦਾਰ ਆ ਬਹੁਤ ਦੁਖੀ ਹੈ ਜੀ। ਬੱਚੇ ਸਕੂਲ ਲਈ ਨਿਕਲੇ ਜੀ, ਆਪਣਾ ਸਕੂਲ ਬੱਚੇ ਗਏ, ਅਤੇ ਬੱਚੇ ਨਾ ਸਕੂਲ ਦੇ ਬਾਹਰ ਗੇਟ ਤੋਂ ਨਾ ਗਏ, ਅਤੇ ਉਹਨਾਂ ਬੱਚਿਆਂ ਨੇ, ਸਕੂਲ ਦੇ ਬੱਚਿਆਂ ਨੇ ਆਪਣਾ ਬੱਚਿਆਂ ਨੂੰ ਵੇਖਿਆ ਬਾਹਰ, ਅਤੇ ਵੇਖਿਆ ਅਤੇ ਉਦੋਂ ਬਾਅਦ ਮਤਲਬ ਕਿ ਆਪਣਾ ਸਕੂਲ ਦੇ ਟੀਚਰ ਦੇ ਫੋਨ ਆਇਆ ਜੀ, ਅਤੇ ਜੀ ਆਪਣਾ ਬੱਚਿਆਂ ਨੂੰ ਉਹ ਇੰਟਰ ਨਹੀਂ ਹੋਈਆਂ ਸਕੂਲ 'ਚ ਇੰਟਰ ਨਹੀਂ ਹੋਈਆਂ, ਅਤੇ ਦੋ ਬੱਚੀਆਂ ਜਿਸਦਾ ਨਾਮ ਆਪਣਾ ਪ੍ਰਗਤੀ ਕੁਮਾਰੀ, ਸਪਨਾ ਥਾਪਸ, ਇਹ ਦੋ ਬੱਚੀਆਂ ਸਕੂਲ 'ਚ ਇੱਕੋ ਹੀ ਕਲਾਸ 'ਤੇ, ਇੱਕੋ ਹੀ ਸੈਕਸ਼ਨ 'ਚ, ਇੱਕੋ ਹੀ ਮਤਲਬ ਕਿ ਕਲਾਸ ਬੈਚ ਮੇਟ ਨੇ, ਅਤੇ ਇਹਨਾਂ ਮਤਲਬ ਕਿ ਜਦੋਂ ਟੀਚਰ ਨੂੰ ਇਹ ਲੱਗਿਆ ਵੀ ਆਪਣਾ ਬੱਚਾ ਉਹਨਾਂ ਦੇ ਸਟੂਡੈਂਟ ਦੇ ਨਾਲ ਦੇ ਜਿਹੜੇ ਸਟੂਡੈਂਟ ਦੇਖਿਆ ਵੀ ਇਹ ਬੱਚੀਆਂ ਬਾਹਰ ਦੇਖੀਆਂ ਗਈਆਂ, ਅਤੇ ਉਹਨਾਂ ਨੇ ਨਾਲ ਦੇ ਨਾਲ ਆਪਣੇ ਸਕੂਲ ਟੀਚਰ ਨੂੰ ਗੱਲ ਕੀਤੀ, ਅਤੇ ਉਹਨਾਂ ਨੇ ਫਿਰ ਉਹਨਾਂ ਨੇ ਨਾਲ ਦੇ ਨਾਲ ਸਾਨੂੰ ਫੋਨ ਕੀਤਾ ਜੀ ਵੀ ਬੱਚਿਆਂ ਕੀ ਆਪਣਾ ਸਕੂਲ ਨਹੀਂ ਆਈਆਂ ਜੀ, ਅਤੇ ਸਾਨੂੰ ਜੀ ਆਪਣਾ ਜਿਵੇਂ ਪਤਾ ਲੱਗਿਆ ਅਸੀਂ ਆਪਣਾ ਪਾਰਕਾਂ ਤੋਂ ਹੀ, ਆਪਣਾ ਰੇਲਵੇ ਸਟੇਸ਼ਨ ਤੋਂ ਹੀ, ਬੱਸ ਤੋਂ ਹੀ, ਬਾਬਾ ਫਰੀਦ ਮੇਨ ਬਾਜ਼ਾਰ ਜੀ ਆਪਣੇ ਸਾਰੇ ਕਿਤੇ ਅਸੀਂ ਨਾ ਅਸੀਂ ਭਾਲ ਸ਼ੁਰੂ ਕਰਤੀ ਜੀ, ਅਤੇ ਸਾਨੂੰ ਇਹ ਲੱਗਿਆ ਵੀ ਆਪਣਾ ਚਲੋ ਸ਼ਾਇਦ ਕਿ ਆਪਣੇ ਫਰੈਂਡ ਕਦੇ ਫਰੈਂਡ ਸਰਕਲ 'ਚ ਚਲੀ ਗਈ ਹੋਵੇ, ਸਾਨੂੰ ਇਸ ਤਰ੍ਹਾਂ ਲੱਗਿਆ ਜੀ। ਸਮਝੂ ਹੈ ਅਸੀਂ ਬਹੁਤ ਉਹ ਕਰਨ ਤੋਂ ਬਾਅਦ ਅਸੀਂ ਜਦੋਂ ਦੇਖਿਆ ਵੀ ਆਪਣਾ ਛੁੱਟੀ ਟਾਈਮ ਜਦੋਂ 3 ਵਜੇ ਦੀ ਛੁੱਟੀ ਦੀ
ਆਫ ਟਾਈਮ ਹੁੰਦੀ ਆ ਜੀ। ਉਸ ਤੋਂ ਬਾਅਦ ਇਹ ਦੇਖਿਆ ਵੀ ਆਪਣਾ ਵੀ ਬੱਚੇ ਤਾਂ ਹਜੇ ਘਰ ਆਈਆਂ ਨਹੀਂ। ਉਸ ਤੋਂ ਬਾਅਦ ਅਸੀਂ ਪੁਲਿਸ ਦਰਖਾਸਤ ਵੀ ਦਿੱਤੀ ਜੀ ਅਸੀਂ, ਅਤੇ ਅਸੀਂ ਦੋ ਘਰ ਅਸੀਂ ਜਾਂਦੇ ਰਹੇ ਜੀ ਉੱਥੇ, ਅਤੇ ਜਾ ਕੇ ਅਸੀਂ ਦਰਖਾਸਤ ਦੇ ਕੇ ਅਤੇ ਆਪਣਾ ਉਹਨਾਂ ਨੇ ਆਪਣਾ ਫੋਨ ਵਗੈਰਾ ਟ੍ਰੇਸ ਸਟਾਰਟ ਕਰਤੇ ਸੀਗੇ ਜੀ। ਕਿੰਨੀ ਕੁ ਉਮਰ ਆ ਬੱਚਿਆਂ ਦੀ ਅਤੇ ਕਿੱਥੇ ਪੜ੍ਹਦੀਆਂ? ਇਹ ਆਪਣਾ ਸਰਕਾਰੀ ਸਕੂਲ ਕੰਨਿਆ ਸਕੂਲ 'ਚ ਪੜ੍ਹਦੀ ਸੀ ਸਰ, ਅਤੇ ਪ੍ਰਗਤੀ ਕੁਮਾਰੀ ਦੀ ਉਮਰ ਆਪਣਾ ਇਹ 13 ਸਾਲ ਦੀ ਹੈਗੀ ਹੈ ਜੀ। ਜਿਹੜੀ ਸਪਨਾ ਥਾਪ ਹੈਗੀ ਹੈ ਜੀ ਉਹਦੀ 14 ਸਾਲ ਉਮਰ ਹੈਗੀ ਜੀ। ਹੋਰ ਵੀ ਨਾਲ ਹੈ ਇਹਨਾਂ ਦੇ? ਹਾਂਜੀ, ਉਸ ਤੋਂ ਬਾਅਦ ਜਦੋਂ ਆਪਾਂ ਨੂੰ ਸਾਨੂੰ ਕਹਿਣ ਸੁਣਨ 'ਚ ਜਿਵੇਂ ਪਤਾ ਲੱਗਿਆ ਗਿਆ ਕਿ ਵੀ ਇੱਕ ਸਰਸਵਤੀ ਗਿਰੀ ਨਾਂ ਦੀ ਕੁੜੀ, ਅਤੇ ਕੱਲ੍ਹ ਤਕਰੀਬਨ 3:30-4 ਵਜੇ ਮੈਂ ਡਿਊਟੀ ਵਿੱਚ ਸੀਗਾ, ਇਹਦੇ ਮੈਸੇਜ ਆਇਆ ਕਿ ਮੈਨੂੰ ਬਈ ਸਾਡਾ ਸਮੱਸਿਆ ਘਟ ਗਿਆ। ਉਹਤੋਂ ਬਾਅਦ ਮੈਂ ਤੁਰੰਤ ਇੱਥੇ ਪਹੁੰਚ ਗਿਆ ਅਤੇ ਪਤਾ ਲੈ ਲਿਆ ਗੱਲ ਸੱਚੀ ਨੇ ਕੋਈ ਨਿਕਲ ਗਿਆ। ਇਹ ਬਹੁਤ ਦੁਖਦਾਂ ਦੀ ਗੱਲ ਆ। ਇਹ ਗੱਲ ਨੂੰ ਲੈ ਕੇ ਅਸੀਂ 3-4 ਥਾਂ ਮਤਲਬ ਕਿ ਪਤਾ ਕੀਤਾ ਕਿ ਸਾਨੂੰ ਜਿੱਥੇ ਸ਼ੱਕ ਸੀਗਾ ਉੱਥੇ ਗਿਆ, ਪਤਲ ਕੀਤਾ, ਸਾਨੂੰ ਕੋਈ ਨਹੀਂ ਮਿਲਿਆ ਕੋਈ। ਉਹਦੇ ਬਾਅਦ ਅਸੀਂ 6:30-7 ਵਜੇ ਅਸੀਂ ਥਾਣੇ 'ਚ ਗਏ। ਜਾਣ ਤੋਂ ਬਾਅਦ ਅਸੀਂ ਉੱਥੇ ਮਤਲਬ ਕਿ ਰਿਪੋਰਟ ਕਰਾਇਆ। ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਕੋਈ ਗੱਲ ਨਹੀਂ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਬੱਚੇ ਛੇਤੀ ਤੋਂ ਛੇਤੀ ਹੋ ਗਏ, ਅਸੀਂ ਕੋਸ਼ਿਸ਼ ਕਰਕੇ ਲਿਆਵਾਂਗੇ। ਪਰ ਅੱਜ ਹੁਣ ਤੱਕ ਵੀ ਸਾਨੂੰ ਕੋਈ ਸੁਰਾਗ ਨਹੀਂ ਮਿਲਿਆ। ਇਸ ਕਰਕੇ ਮੈਂ ਸਾਰੇ ਪੰਜਾਬੀ ਵਾਸੀਆਂ ਨੂੰ, ਸਾਰੇ ਇੱਥੇ ਲੋਕਾਂ ਨੂੰ, ਸਾਰੇ ਮੁਲਾਜ਼ਮ ਮੈਂ ਬੇਨਤੀ ਕਰਦਾ ਕਿ ਇਹ ਜੋ ਧੀਆਂ ਕੁੜੀਆਂ ਸਾਰੇ ਦੇ ਨਾ ਹੋਣ, ਇਹ ਸਾਰੇ ਦੇ ਕੋਈ ਕੋਈ ਵੀ ਮਤਲਬ ਕਿ ਸਾਡਾ ਭਾਈਚਾਰਾ ਮਤਲਬ ਭੇਦਭਾਵ ਨਾ ਕਰਨ। ਇਹ ਬੱਚੇ ਨੂੰ ਛੇਤੀ ਤੋਂ ਛੇਤੀ ਪ੍ਰੋਸੈਸ ਵੱਲ ਨੂੰ ਮਤਲਬ ਕਿ ਛੇਤੀ ਛੇਤੀ ਉਹਨਾਂ ਨੂੰ ਤਲਾਸ਼ ਕਰਕੇ ਖੋਜ ਕਰਕੇ ਇਹਨਾਂ ਦੇ ਘਰੇ ਪਹੁੰਚਾਉਣ, ਇਹ ਮੇਰੀ ਬੇਨਤੀ ਕਰਦਾ। 3 ਲੜਕੀਆਂ ਜੋ ਗੁੰਮ ਹੋਈਆਂ ਜੀ, ਉਹਨਾਂ ਦੇ ਪੇਰੈਂਟਸ ਆ ਗਏ ਆਪਣੇ ਕੋਲੋਂ, ਲਿਖਾ ਰਹੇ ਬਿਆਨ, ਅਸੀਂ ਅਗਲੀ ਕਾਰਵਾਈ ਕਰ ਰਹੇ ਹਾਂ। ਜੋ ਕਿ ਨਾਬਾਲਗ ਕੁੜੀਆਂ, ਛੋਟੀ ਉਮਰ ਦੀਆਂ, 12-13 ਸਾਲ ਦੀ, ਇੱਕ 14 ਸਾਲ ਦੀ, ਇੱਕ 13 ਸਾਲ ਦੀ ਹੈਗੀਆਂ ਜੀ। ਅਤੇ ਪਰਿਵਾਰ ਦਾ ਕੋਈ ਸ਼ੱਕ ਜਤਾਇਆ ਕਿਸੇ ਚੀਜ਼ ਦਾ? ਫਿਲਹਾਲ ਆਏ ਆ, ਬਿਆਨ ਲਿਖਾ ਰਹੇ ਆ। ਹਾਂਜੀ, ਸ਼ੱਕ ਇਹਨਾਂ ਜਤਾਇਆ ਸੀ, ਉਹ ਕਲੀਅਰ ਕਰ ਲਿਆ ਸੀ ਵੈਸੇ। ਉਦੋਂ ਇਹ ਬੰਦਾ ਜਿਹੜਾ ਜੀ ਤੋਂ ਸ਼ੱਕ ਕਰ ਰਹੇ ਸੀ, ਇਹ ਕੋਈ ਨੇਪਾਲ ਦਾ ਮੁੰਡਾ ਦੱਸ ਰਿਹਾ ਸੀ, ਜੋ ਇੱਥੇ ਪਹਿਲਾਂ ਰਹਿ ਰਿਹਾ ਸੀ। ਉਹਦੇ ਨਾਲ ਇਹਨਾਂ ਦੀ ਗੱਲ ਵੀ ਹੋ ਗਈ ਹੈ, ਕਹਿੰਦੀ ਨਹੀਂ ਉਹਦੇ ਕੋਲ ਤਾਂ ਨਹੀਂ।